ਸਤਿ ਸ਼੍ਰੀ ਅਕਾਲ ਵੀਰ ਜੀ। ਸਤਿ ਸ਼੍ਰੀ ਅਕਾਲ, ਕੀ ਹਾਲ ਨੇ? ਵਧੀਆ, ਤੁਸੀਂ ਸੁਣਾਓ ਆਪਣੇ? ਹਾਲ ਤੇ ਮੇਰੇ ਵੀ ਠੀਕ ਆ। ਕਿੱਦਾਂ ਭਾਬੀ ਜੀ ਹੁਣੀ? ਸਾਰੇ ਵਧੀਆ ਵਾ। ਤੇ ਤੂੰ ਮੈਨੂੰ ਇਹ ਦੱਸ ਕਿ ਤੂੰ ਮੈਨੂੰ ਇੱਥੇ ਕੋ ਸੱਦਿਆ, ਤੂੰ ਘਰ ਨਹੀਂ ਆ ਸਕਦੀ? ਵੀਰ ਜੀ, ਘਰ ਆਉਣ ਨੂੰ ਤੇ ਮੈਂ ਘਰ ਆ ਹੀ ਸਕਦੀ ਸੀ, ਉਹ ਘਰ ਕਿਹੜਾ ਮੇਰੇ ਲਈ ਕੋਈ ਬਗਾਨਾ ਵਾ। ਪਰ ਜਿਹੜੀ ਮੈਂ ਗੱਲ ਤੁਹਾਡੇ ਨਾਲ ਕਰਨੀ ਹੈ ਨਾ, ਉਹ ਸਿਰਫ ਆਪਾਂ ਦੋਵੇਂ ਜਣੇ ਕਰ ਸਕਦੇ ਹਾਂ, ਕਿਉਂਕਿ ਜੇ ਮੈਂ ਘਰ ਆਉਂਦੀ ਨਾ ਤੇ ਆਂਟੀ ਦਾ ਪੁੱਛ ਹੋੜਿਕਾ ਜਿਹਾ ਹੋ ਜਾਣਾ ਸੀ, ਤਾਂ ਕਰਕੇ ਮੈਂ ਤੁਹਾਨੂੰ ਇੱਥੇ ਬੁਲਾਇਆ। ਲੈ, ਤੈਨੂੰ ਚੰਗਾ ਭਲਾ ਪਤਾ ਵੀ ਹੈਗਾ ਕਿ ਮੈਂ ਆਪਣੀ ਮੰਮੀ ਕੋਲੋਂ ਕੋਈ ਔਲਾ ਨਹੀਂ ਰੱਖਦਾ। ਤੂੰ ਮੇਰੇ ਨਾਲ ਜਿਹੜੀ ਵੀ ਗੱਲ ਕੀਤੀ ਮੈਂ ਜਾ ਕੇ ਦੱਸ ਹੀ ਦੇਣੀ ਆ ਉਹਨਾਂ ਨੂੰ। ਮੈਨੂੰ ਪਤਾ ਆ ਤੁਸੀਂ ਗੱਲ ਕਰਨੀ ਆ ਤੇ ਆਂਟੀ ਨੇ ਤੁਹਾਨੂੰ ਪੁੱਛਣਾ ਵੀ ਆ, ਤੇ ਕੋਈ ਗੱਲ ਨਹੀਂ, ਤੁਸੀਂ ਗੱਲ ਦੱਸ ਵੀ ਦਿਓ। ਪਰ ਮੈਨੂੰ ਉਹਨਾਂ ਆਂਟੀ ਦੇ ਸਾਹਮਣੇ ਗੱਲ ਕਰ ਲੱਗਿਆ ਨਾ ਸ਼ਰਮ ਜੀ ਆਉਂਦੀ ਸੀ। ਅੱਛਾ ਅੱਛਾ, ਠੀਕ ਆ, ਚੱਲ ਕੋਈ ਗੱਲ ਨਹੀਂ, ਚੱਲ ਦੱਸ ਮੈਨੂੰ ਕਿਹੜੀ ਗੱਲ ਕਰਨੀ ਆ। ਵੀਰ ਜੀ, ਗੱਲ ਇਹ ਆ ਕਿ ਮੈਂ ਗੱਲ ਤੁਹਾਡੇ ਨਾਲ ਨਾ ਵਿੱਕੀ ਬਾਰੇ ਕਰਨੀ ਸੀ। ਕਿਉਂ, ਕੀ ਗੱਲ ਹੋਈ? ਤੁਹਾਨੂੰ ਤਾਂ ਪਤਾ ਹੀ ਆ ਕਿ ਕਾਲਜ 'ਚ ਆਪਾਂ ਇਕੱਠੇ ਹੀ ਪੜ੍ਹਦੇ ਰਹੇ ਹਾਂ, ਤੁਸੀਂ ਵਿੱਕੀ ਅਤੇ ਮੈਂ, ਅਤੇ ਵਿੱਕੀ ਉਦੋਂ ਵੀ ਮੈਨੂੰ ਲਾਈਕ ਕਰਦਾ ਸੀ, ਅਤੇ ਚਲੋ ਉਹਨੇ ਮੈਨੂੰ ਕਿਹਾ ਵੀ ਹੈਗਾ ਸੀ, ਅਤੇ ਮੈਂ ਉਹਦੀ ਗੱਲ ਵੱਲ ਧਿਆਨ ਹੀ ਨਹੀਂ ਦਿੱਤਾ। ਤੁਹਾਨੂੰ ਪਤਾ ਹੀ ਆ ਮੇਰਾ ਸਿਰਫ ਧਿਆਨ ਪੜ੍ਹਾਈ ਵੱਲ ਸੀ, ਅਤੇ ਜਿੱਦਣ ਹੁਣ ਮੈਂ ਆਪਣੇ ਘਰ ਗਈ ਸੀ, ਮਤਲਬ ਤੁਹਾਡੇ ਉੱਧਰ, ਅਤੇ ਉਦਣੇ ਵੇਖਿਆ, ਮੈਂ ਤੁਹਾਨੂੰ ਦੱਸਿਆ ਕਿ ਵਿੱਕੀ ਮੈਨੂੰ ਗਲੀ ਦੇ ਵਿੱਚ ਮਿਲਿਆ ਵਾ, ਉਦੋਂ ਸੱਚ ਪੁੱਛ ਹੋਣਾ, ਅਤੇ ਵਿੱਕੀ ਨੇ ਮੇਰੇ ਨਾਲ ਵਿਆਹ ਦੀਆਂ ਹੀ ਗੱਲਾਂ ਕੀਤੀਆਂ ਸੀ, ਅਤੇ ਮੈਂ ਅੰਦਰ ਆ ਕੇ, ਚਲੋ ਤੁਹਾਨੂੰ ਸਾਰੇ ਜੀਆਂ ਦੇ ਵਿੱਚ ਨਾ ਮੈਂ ਗੱਲ ਨਹੀਂ ਸੱਚੀ ਦੱਸੀ, ਅਤੇ ਮੈਂ ਝੂਠ ਬੋਲ ਦਿੱਤਾ ਕਿ ਉਹ ਕਹਿੰਦਾ ਕਿ ਜੋਬ ਕਿੱਦਾਂ ਦੀ ਚੱਲਦੀ ਆ, ਮੇਰਾ ਕੰਮ ਵਧੀਆ। ਹਾਂ ਹਾਂ, ਮੇਰੇ ਵੀ ਦਿਮਾਗ ਵਿੱਚ ਇਹ ਗੱਲਾਂ ਹੈਗੀਆਂ ਸੀ, ਪਰ ਮੈਂ ਤੇਰੀ ਗੱਲ ਨੂੰ ਸਮਝ ਗਿਆ ਸੀ ਉਦੋਂ, ਤੇ ਮੈਂ ਵੀ ਕੋਈ ਗੱਲ ਨਹੀਂ ਕੀਤੀ, ਜਿਹੜੀ ਰਾਤ ਗਈ ਬਾਤ ਗਈ, ਮੈਂ ਕੀ ਗੱਲ ਨੂੰ ਗੱਲ ਕਰਨਾ ਵਾ। ਤੇ ਹੁਣ ਸੱਚ ਦੱਸਾਂ ਨਾ, ਤੇ ਵਿੱਕੀ ਚੰਡੀਗੜ੍ਹ ਗਏ ਮੇਰੇ ਮਗਰ। ਅੱਛਾ, ਹਾਂਜੀ, ਅਤੇ ਉੱਥੇ ਜਾ ਕੇ ਵੀ ਬਸ ਇਹੀਓ ਗੱਲਾਂ ਕਿ ਮੇਰੇ ਘਰ 'ਤੇ ਰਿਸ਼ਤਾ ਕਰਨ ਡੇ ਆ, ਅਤੇ ਮੈਂ ਸਿਰਫ ਤੈਨੂੰ ਪਸੰਦ ਕਰਦਾ ਵਾਂ, ਅਤੇ ਤੂੰ ਇੱਦਾਂ ਕਰ, ਨਾ ਕਰ, ਤੂੰ ਹਾਂ ਕਰ ਦੇ। ਅਤੇ ਮੈਨੂੰ ਹੁਣ ਸੱਚੀ ਨਹੀਂ ਸਮਝ ਲੱਗਣ ਡੀ, ਇੱਕ ਤਾਂ ਮੇਰੀ ਮੰਮੀ ਨੇ ਵੀ ਮੇਰੇ 'ਤੇ ਬੜਾ ਦਬਾਅ ਪਾਇਆ ਵਾ, ਕਿਉਂਕਿ ਨਿੱਕੀ ਦਾ ਰਿਸ਼ਤਾ ਹੋ ਗਿਆ ਨਾ। ਅੱਛਾ, ਹਾਂਜੀ ਹਾਂਜੀ, ਅਤੇ ਮੈਂ ਤਾਂ ਅਜੇ ਮੰਨਣ ਹੀ ਨਹੀਂ ਰਹੀ ਹੈਗੀ, ਕਿਉਂਕਿ ਮੈਨੂੰ ਇਹ ਕਿ ਚਲੋ ਥੋੜ੍ਹਾ ਜਿਹਾ ਗੌਰ ਵੀ ਆਪਣੇ ਪੈਰਾਂ 'ਤੇ ਸਟੈਂਡ ਹੋ ਜਾਵੇ, ਅਤੇ ਚੱਲ ਡੈਡੀ ਦਾ ਭਾਰ ਥੋੜ੍ਹਾ ਜਿਹਾ ਹੌਲਾ ਹੋ ਜਾਵੇ। ਅਤੇ ਨਿੱਕੀ ਦੇ ਸਹੁਰੇ ਆਏ ਸੀ ਘਰੇ, ਅਤੇ ਉਹ ਦੱਸਾਂ ਕੀ ਕਹਿੰਦੇ, ਕਹਿੰਦੇ ਕਿ ਤੁਸੀਂ ਵੱਡੀ ਦਾ ਰਿਸ਼ਤਾ ਨਹੀਂ ਕੀਤਾ ਹੈਗਾ, ਅਤੇ ਸਾਡੇ ਉੱਧਰ ਰਿਸ਼ਤੇਦਾਰ ਕਹਿੰਦੇ ਪਏ ਆ ਕਿ ਕੀ ਪਤਾ ਵੱਡੀ ਦੇ ਵਿੱਚ ਕੀ ਕਮੀ ਆ, ਜਾਂ ਇਹਦੇ ਕੋਈ ਗਲਤੀ ਹੋਈ ਆ ਜਿਹਦੇ ਕਰਕੇ ਇਹਦਾ ਵਿਆਹ ਨਹੀਂ ਕਰਨ ਡਿਆ ਗੇ, ਅਤੇ ਮੰਮੀ ਮੇਰੇ ਦੁਆਲੇ ਹੋਣ ਡਿਆ, ਕਹਿੰਦੇ ਕਿ ਤੇਰੇ ਕਰਕੇ ਨਿੱਕੀ ਦੇ ਰਿਸ਼ਤੇ 'ਤੇ ਅਸਰ ਪੈਣ ਡਿਆ ਵਾ। ਅੱਛਾ, ਮੈਨੂੰ ਦੱਸਣਾ ਹੁਣ ਮੈਂ ਤੇਰੀ ਕੀ ਮਦਦ ਕਰ ਸਕਦਾ ਵਾਂ? ਤੁਸੀਂ ਮਦਦ ਮੇਰੀ ਇਹੀਓ ਕਰ ਸਕਦੇ ਹੋ ਕਿ ਮੈਂ ਤਾਂਹੀਓ ਤੁਹਾਨੂੰ ਇੱਥੇ ਬੁਲਾਇਆ ਨਾ, ਕਿ ਤੁਸੀਂ ਮੈਨੂੰ ਇਹ ਦੱਸੋ ਕਿ ਮੈਂ ਵਿੱਕੀ ਨਾਲ ਜਿੱਦਾਂ ਵਿਆਹ ਕਰਵਾਵਾਂ ਕਿ ਜਾਂ ਨਾ ਕਰਵਾਵਾਂ, ਉਹਦੀ ਫੈਮਿਲੀ ਕਿੱਦਾਂ ਦੀ ਆ, ਉਹ ਨੇਚਰ ਵਾਈਜ਼ ਕਿੱਦਾਂ ਦਾ ਵਾ, ਕਿ ਉੱਥੇ ਸਹੀ ਰਹੂਗਾ ਕਿ ਜਾਂ ਨਹੀਂ। ਇਹ ਨਾ ਹੋਵੇ, ਮੈਨੂੰ ਡਰ ਇਸ ਗੱਲ ਦਾ ਜ਼ਿਆਦਾ ਆਉਣ ਡਿਆ ਕਿ ਜਿੱਦਾਂ ਮੇਰੀ ਮੰਮੀ ਮੇਰੇ 'ਤੇ ਕਾਹਲੀ ਪਾਉਣ ਡੀ ਆ ਕਿ ਛੇਤੀ ਵਿਆਹ ਕਰਾ ਲਾ, ਕਿਉਂਕਿ ਨਿੱਕੀ ਦੇ ਕਰਕੇ, ਅਤੇ ਇਹ ਨਾ ਹੋਵੇ ਮੈਂ ਕਿਤੇ ਬਾਹਰ ਰਾਂਭੇ ਵਿਆਹ ਕਰਵਾ ਲੈਂਦੀ ਹਾਂ, ਕੋਈ ਮੁੰਡਾ ਚੰਗਾ ਮਿਲੇ ਨਾ ਮਿਲੇ, ਇਹ ਚੀਜ਼ ਕਰਕੇ ਮੈਂ ਤੁਹਾਨੂੰ ਬੁਲਾਇਆ ਕਿ ਤਾਂ ਕਿ ਤੁਸੀਂ ਮੈਨੂੰ ਸਹੀ ਸਲਾਹ ਦਿਓਗੇ। ਹਰ ਵਾਰੀ ਤੁਸੀਂ ਮੈਨੂੰ ਸਹੀ ਸਲਾਹ ਹੀ ਦਿੱਤੀ ਆ, ਬਾਕੀ 100 ਗੱਲਾਂ ਦੀ ਤਾਂ ਇੱਕ ਹੀ ਗੱਲ ਆ, ਤੁਹਾਡੇ ਪਰਿਵਾਰ ਵਿੱਚ ਹਾਂ ਵਿੱਕੀ, ਮੈਂ ਤੁਹਾਡੀ ਤਾਂ ਕਰਕੇ ਸਲਾਹ ਲੈਣ ਡਈ ਹਾਂ। ਵੇਖ ਪ੍ਰੀਤ, ਸਹੀ ਗੱਲ ਆ ਤੇਰੀ, ਪਰ ਪਤਾ ਕੀ ਆ, ਤੂੰ ਵੀ ਹੁਣ ਸਿਆਣੀ ਆ, ਤੇਰੀ ਜ਼ਿੰਦਗੀ ਆ, ਆਪਣੀ ਜ਼ਿੰਦਗੀ ਦੇ ਫੈਸਲੇ ਹੁਣ ਖੁਦ ਲੈਣੇ ਚਾਹੀਦੇ ਆ। ਤੂੰ ਨੌਕਰੀ ਕਰਦੀ ਆ, ਬਾਕੀ ਜੇ ਤੂੰ ਪੁੱਛਦੀ ਆ ਨਾ ਵਿੱਕੀ ਬਾਰੇ, ਤਾਂ ਫਿਰ ਮੈਂ ਤਾਂ ਤੈਨੂੰ ਮੋਟਾ ਮੋਟਾ ਇਹ ਦੱਸੂੰਗਾ ਵੀ ਜੇ ਤੂੰ ਕਹੇ ਨਾ ਕਿ ਉਹ ਸਾਡੇ ਵਰਗੇ ਆ, ਤਾਂ ਸਾਡੇ ਵਰਗਾ ਸੁਭਾਅ ਨਹੀਂ ਹੈਗਾ ਉਹਨਾਂ ਦਾ, ਸਾਡੇ ਨਾਲ ਉਹ ਕਾਫੀ ਡਿਫਰੈਂਟ ਆ। ਪਰ ਮੈਨੂੰ ਇੱਕ ਗੱਲ ਦੀ ਸਮਝ ਨਹੀਂ ਲੱਗੀ ਕਿ ਵਿੱਕੀ ਨੂੰ ਖਤਾ ਘਾਟਾ ਸੀ, ਵਿੱਕੀ ਨੇ ਆਣ ਕੇ ਤੈਨੂੰ ਫਿਰ ਵਿਆਹ ਵੱਲੋਂ ਆਖਿਆ, ਬਾਹਰੋਂ ਆਇਆ ਵਾ, ਇੱਕ ਤੋਂ ਇੱਕ ਚੰਗੇ ਤੋਂ ਚੰਗੇ ਰਿਸ਼ਤੇ ਉਹਨੂੰ ਮਿਲਣ ਲੱਗੇ, ਹੈਂ, ਨਾਲੇ ਬੁਲਾਇਆ ਵੀ ਉਹਨੂੰ ਮੈਂ ਆਪ ਆ, ਇੱਕ ਤਾਂ ਹੁੰਦਾ ਨਾ ਕਿ ਬੰਦਾ ਸਪੈਸ਼ਲ ਵਿਆਹ ਕਰਨ ਵਾਸਤੇ ਹੀ ਆਉਂਦਾ ਵਾ, ਇੱਦਾਂ ਦਾ ਤਾਂ ਉਹਦਾ ਕੁਛ ਹੈ ਨਹੀਂ ਸੀ। ਮੈਨੂੰ ਪਤਾ ਕੀ ਲੱਗਦਾ ਵਾ, ਜਿਹੜਾ ਵਿਆਹ ਦੇ ਉੱਤੇ ਉਹ ਤੈਨੂੰ ਮਿਲਿਆ ਨਾ ਘਰ, ਉਹਦੇ ਦਿਮਾਗ ਵਿੱਚ ਫਿਰ ਉਹ ਪੁਰਾਣੀਆਂ ਗੱਲਾਂ ਸਾਰੀਆਂ ਤਾਜ਼ਾ ਹੋ ਗਈਆਂ ਨੇ, ਤਾਂ ਕਰਕੇ ਉਹਨੇ ਤੈਨੂੰ ਫਿਰ ਵਿਆਹ ਵੱਲੋਂ ਆਖਿਆ।
ਹਾਂ ਜੀ ਵੀਰ ਜੀ, ਤੁਹਾਨੂੰ ਪਤਾ ਵਾ ਸ਼ੁਰੂ ਤੋਂ ਮੈਨੂੰ ਲਾਈਕ ਕਰਦਾ ਵਾ। ਬਾਕੀ ਉਹਨੇ ਮੈਨੂੰ ਇਹ ਵੀ ਗੱਲ ਕਹੀ ਆ ਕਿ ਮੈਨੂੰ ਇੱਕ ਤੋਂ ਇੱਕ ਵਧੀਆ ਤੋਂ ਵਧੀਆ ਰਿਸ਼ਤਾ ਮਿਲ ਰਿਹਾ ਵਾ, ਪਰ ਮੈਂ ਚਾਹੁੰਦਾ ਵਾਂ ਕਿ ਮੈਂ ਸਿਰਫ ਤੇਰੇ ਨਾਲ ਹੀ ਵਿਆਹ ਕਰਾਵਾਂ, ਕਿਉਂਕਿ ਮੈਂ ਤੈਨੂੰ ਜਾਣਦਾ ਵਾਂ। ਮੈਨੂੰ ਹੁਣ ਇਸ ਗੱਲ ਦੀ ਨਹੀਂ ਸਮਝ ਆਉਣ ਦੀ ਕਿ ਮੇਰਾ ਵਿੱਕੀ ਬਾਰੇ ਸੋਚਣਾ ਸਹੀ ਆ ਕਿ ਜਾਂ ਨਹੀਂ ਸਹੀ। ਤੇ ਚੱਕਰਾਂ 'ਚ ਹੀ ਪਾਤਾ ਮੈਨੂੰ, ਹੁਣ ਮੈਂ ਦੱਸ ਕੀ ਆਖਾਂ ਤੈਨੂੰ। ਮੇਰਾ ਆਪਣਾ ਵੀ ਦਿਮਾਗ ਬੜਾ ਖਰਾਬ ਹੋਣ ਡਿਆ ਸੀ, ਅਤੇ ਮੈਂ ਕਿਹਾ ਵੀਰ ਜੀ ਨਾਲ ਗੱਲ ਕਰੂੰਗੀ ਨਾ, ਅਤੇ ਫਿਰ ਹੀ ਸਾਰਾ ਕੁਝ ਸਹੀ ਹੋਣਾ ਵਾ, ਉਹਨਾਂ ਚਿਰ ਨਹੀਂ। ਚੱਲ ਤੂੰ ਸਾਰੀਆਂ ਗੱਲਾਂ ਛੱਡ, ਤੂੰ ਇਹ ਦੱਸ ਵੀ ਤੇਰਾ ਮਨ ਕੀ ਕਹਿੰਦਾ ਵਾ, ਤੇਰੀ ਕੀ ਸੋਚਣੀ ਹੈ। ਵੇਖੋ ਵੀਰ ਜੀ, ਮੇਰੀ ਤਾਂ ਆਪਣੀ ਕੋਈ ਖਵਾਹਿਸ਼ ਹੀ ਨਹੀਂ ਹੈਗੀ ਵੀ, ਪਰ ਤੁਸੀਂ ਮੈਨੂੰ ਇਹ ਗੱਲ ਦੱਸੋ ਕਿ ਭਾਬੀ ਜੀ ਤੁਹਾਡੇ ਤੋਂ ਕੀ ਚਾਹੁੰਦੇ ਨੇ। ਉਹਨੇ ਕੀ ਚਾਹੁੰਦਾ ਵਾ, ਉਹਨੂੰ ਤਾਂ ਬਸ ਇਹ ਆ ਕਿ ਮੇਰੀ ਘਰ 'ਚ ਇੱਜ਼ਤ ਹੋਵੇ, ਜੋ ਮੇਰੀਆਂ ਖਵਾਹਿਸ਼ਾਂ ਨੇ ਉਹ ਪੂਰੀਆਂ ਹੋਣ, ਪੇਕਿਆਂ ਵੱਲੋਂ ਦੀ ਸਾਰੀ ਫੈਮਿਲੀ ਦੀ ਇੱਜ਼ਤ ਕਰਾਂ, ਬਸ ਇਹੋ ਚੀਜ਼ਾਂ। ਅਤੇ ਬਸ ਵੀਰ ਜੀ, ਜਿੱਦਾਂ ਦੀਆਂ ਭਾਬੀ ਦੀਆਂ ਖਵਾਹਿਸ਼ਾਂ ਨੇ ਉੱਦਾਂ ਦੀਆਂ ਮੇਰੀਆਂ ਖਵਾਹਿਸ਼ਾਂ ਨੇ, ਮੈਂ ਵੀ ਤਾਂ ਭਾਬੀ ਵਰਗੀ ਕੁੜੀ ਆ ਨਾ। ਅਤੇ ਬਾਕੀ ਰਹੀ ਗੱਲ ਮੇਰੀਆਂ ਦੀ ਜਾਂ ਜਾਵਾਂ ਦੀ, ਉਹ ਤਾਂ ਮੈਂ ਆਪਣੀ ਨੌਕਰੀ ਤੋਂ ਪੂਰੀ ਕਰ ਹੀ ਲੈਣੀ ਆ। ਵੇਖ ਪ੍ਰੀਤ, ਹੁਣ ਤੂੰ ਇੱਕ ਆਪਣੀ ਨਵੀਂ ਜ਼ਿੰਦਗੀ ਜੀਣੀ ਸ਼ੁਰੂ ਕਰਨੀ ਆ, ਅਤੇ ਤੇਰੇ ਦਿਮਾਗ ਦੇ ਇਹਦੇ 'ਚ ਵਲਵਲੇ ਚੱਲਣ ਡੇ ਆ। ਪਰ ਮੈਂ ਸਿਰਫ ਤੈਨੂੰ ਇੱਕੋ ਗੱਲ ਕਹੂੰਗਾ ਕਿ ਵੇਖ, ਵਿੱਕੀ ਨੂੰ ਤੂੰ ਜਾਣਦੀ ਆ, ਚਲੋ ਹੁਣ ਜੇ ਤੂੰ ਮੇਰੇ ਨਾਲ ਕੰਪੈਰੀਜ਼ਨ ਕਰੇ ਵਿੱਕੀ ਦਾ, ਤਾਂ ਸਾਡੇ ਸੁਭਾਅ ਦੇ ਵਿੱਚ ਫਰਕ ਆ। ਪਰ ਇਹਦਾ ਇੱਕ ਦੂਜਾ ਪਹਿਲੂ ਇਹ ਵੀ ਆ ਨਾ ਕਿ ਅੱਜ ਸਾਨੂੰ ਲੱਗਦਾ ਕਿ ਵਿੱਕੀ ਸੁਭਾਅ ਵੱਲੋਂ ਚੰਗਾ ਨਹੀਂ ਹੈਗਾ, ਕਿਉਂਕਿ ਅਸੀਂ ਉਹਨੂੰ ਜਾਣਦੇ ਹਾਂ। ਹੋ ਸਕਦਾ ਤੂੰ ਹੋਰ ਕਿਸੇ ਥਾਂ 'ਤੇ ਵਿਆਹ ਕਰਵਾਵੇਂ, ਅਤੇ ਉਹ ਪਰਸਨ ਵਿੱਕੀ ਨਾਲੋਂ ਵੀ ਜ਼ਿਆਦਾ ਮਾੜਾ ਹੋਵੇ, ਸਹੀ ਆ ਨਾ। ਇਸ ਕਰਕੇ ਕਈ ਵਾਰ ਅਸੀਂ ਨਾ ਬੜੇ ਬੈਸਟ ਨੂੰ ਲੱਭਦੇ ਹਾਂ, ਚੰਗੇ ਤੋਂ ਚੰਗੇ ਨੂੰ ਲੱਭਦੇ ਹਾਂ, ਪਰ ਕਈ ਵਾਰ ਕੀ ਕਹਿੰਦੇ ਹੁੰਦੇ ਆ ਕਿ ਅੱਗਾ ਦੌੜ ਦਾ ਪਿੱਛਾ ਚੌੜ ਹੋ ਜਾਂਦਾ, ਬਾਅਦ ਵਿੱਚ ਸਾਡੇ ਹੱਥ ਵਿੱਚ ਕੁਛ ਵੀ ਨਹੀਂ ਰਹਿੰਦਾ। ਮੇਰੇ ਹਿਸਾਬ ਨਾਲ ਤਾਂ ਜੇ ਇਹੋ ਜਿਹੀ ਗੱਲ ਆ, ਵਿੱਕੀ ਨੇ ਤੈਨੂੰ ਆਪ ਆਖਿਆ, ਕਿਉਂਕਿ ਹੁਣ ਉਹ ਕੰਮ ਵੀ ਕਰਨ ਲੱਗ ਗਿਆ, ਦੁਨੀਆਦਾਰੀ ਵਿੱਚ ਪੈ ਗਿਆ, ਕਮਾਈ ਕਿਵੇਂ ਕਰੀਦੀ ਆ ਉਹਨਾਂ ਚੀਜ਼ਾਂ ਦਾ ਵੀ ਪਤਾ ਲੱਗਣ ਲੱਗ ਪਿਆ। ਮੇਰੇ ਹਿਸਾਬ ਨਾਲ ਤਾਂ ਉਹਦੇ ਸੁਭਾਅ ਦੇ ਵਿੱਚ ਕਾਫੀ ਫਰਕ ਪੈ ਗਿਆ ਹੋਊਗਾ। ਪਰ ਫਿਰ ਵੀ ਮੈਂ ਤੈਨੂੰ ਇੱਕ ਗੱਲ ਆਖਾਂ, ਮੈਂ ਬੇਸ਼ੱਕ ਤੇਰੇ ਨਾਲੋਂ ਵੱਡਾ ਵਾਂ, ਪਰ ਫਿਰ ਵੀ ਨਿਆਣਾ ਹੀ ਆ। ਜੋ ਗੱਲ ਤੇਰੇ ਮਾਂ ਪਿਓ ਨੇ ਕਰਨੀ ਆ ਨਾ, ਉਹ ਉਹਨਾਂ ਨੇ ਹੀ ਕਰਨੀ ਆ। ਤੂੰ ਅਸਲ ਦੇ 'ਚ ਸਲਾਹ ਉਹਨਾਂ ਦੇ ਨਾਲ ਕਰ, ਉਹਨਾਂ ਨੂੰ ਇਹ ਸਾਰੀ ਗੱਲ ਦੱਸ। ਨਹੀਂ ਨਹੀਂ ਵੀਰ ਜੀ, ਮੰਮੀ ਡੈਡੀ ਨਾਲ ਤਾਂ ਮੈਂ ਸਾਰੀ ਸਲਾਹ ਕਰਨੀ ਕਰਨੀ ਆ। ਉਂਝ ਮੈਂ ਤੁਹਾਡੇ ਨਾਲ ਤਾਂ ਇਹ ਗੱਲ ਕਰਦੀ ਸੀ ਕਿ ਵੇਖੋ ਹੁਣ ਜਦੋਂ ਆਪਾਂ ਕਾਲਜ ਪੜ੍ਹਦੇ ਸੀ ਉਦੋਂ ਗੱਲਾਂ ਹੋਰ ਸੀ, ਸੁਭਾਅ ਵੀ ਹੋਰ ਸੀ, ਹੁਣ ਟਾਈਮ ਪੈ ਕੇ ਤਾਂ ਸਾਰਾ ਕੁਝ ਚੇਂਜ ਹੋ ਹੀ ਜਾਂਦਾ ਆ, ਹੈ ਨਾ। ਉਹ ਚੱਲ ਬਸ ਕਰ, ਹੁਣ ਇੰਨਾ ਨਾ ਸੋਚ, ਰੱਬ ਨੇ ਜੋ ਕਰਨਾ ਨਾ ਵਧੀਆ ਹੀ ਕਰਨਾ ਵਾ। ਤੂੰ ਦੱਸ ਮੈਨੂੰ ਕੀ ਪੀਣਾ ਈ, ਐਪਲ ਜੂਸ ਮੰਗਾ ਲਾ? ਨਹੀਂ, ਮੈਂਗੋ ਮੈਂਗੋ ਜੂਸ ਮੰਗਾ ਲਾ। ਫੋਨ ਤੇ ਮਹਿੰਗੇ ਮਹਿੰਗੇ ਰੱਖਣ ਲੱਗ ਪਈ ਆ ਕੁੜੀ, ਹੈ ਏਦਾਂ ਹੀ ਆ ਫਿਰ। ਚਲੋ ਵੀ ਆਪਣੀ ਕਮਾਈ ਦਾ ਇਹੋ ਤੇ ਹੁਸਨ ਹੁੰਦਾ। ਸਹੀ ਗੱਲ ਆ। ਹਾਂ ਮੰਮੀ ਜੀ, ਸਬਜ਼ੀ ਕਾਹਦੀ ਬਣਾਉਣੀ ਅੱਜ? ਪੁੱਛ ਆਪਣੇ ਘਰ ਵਾਲੇ ਨੂੰ ਜਿਹਦੀ ਚੱਲਦੀ ਹੈ, ਮੇਰੇ ਨੂੰ ਤਾਂ ਪੁੱਛ ਕੇ ਤੂੰ ਨੰਬਰ ਹੀ ਬਣਾਉਣ ਡਈ ਹੈ। ਅਤੇ ਫਿਰ ਉਹਨਾਂ ਦੀ ਪਸੰਦ ਦੀ ਤਾਂ ਹੈਗੀ ਆ ਆਲੂ ਗਾਜਰਾਂ, ਅਸੀਂ ਤਾਂ ਉਹ ਖਾ ਲੈਣੀ ਆ, ਅਤੇ ਫਿਰ ਤੁਸੀਂ ਖਾ ਲਓਗੇ ਉਹੀ? ਨਹੀਂ, ਮੈਂ ਤਾਂ ਮਟਰ ਪਨੀਰ ਖਾਣਾ ਹੈ, ਉਹ ਬਣਾ ਲਾ। ਮੰਮੀ ਮੰਜੇ 'ਤੇ ਬੈਠੇ ਤਾਂ ਐਂ ਆਰਡਰ ਮਾਰਨ ਡਏ ਆ ਜਿੱਦਾਂ ਮੱਲੀ ਢਾਬੇ 'ਤੇ ਬੈਠੇ ਹੁੰਦੇ ਹੋ, ਇਸ ਵੇਲੇ ਮਟਰ ਕਿੱਥੋਂ ਆਉਣੇ ਆ? ਹਾਂ ਨਹੀਂ, ਮਟਰ ਇਕੱਲਾ ਪਨੀਰ ਹੀ ਮੇਰੇ ਮੱਥੇ ਮਾਰਦੇ ਭੁੰਨ ਕੇ, ਉਹਦੇ ਨਾਲ ਖਾ ਲਾਂਗੀ। ਮਾਰ ਦਿੰਦੀ ਸੁੱਕਾ ਬਣਾਈ, ਤੂੰ ਨਾ ਤਰੀ ਵਾਲਾ ਬਣਾਦੀ, ਨਾਲੇ ਇੱਧਰ ਆ ਨਹੀਂ ਮੇਰੀ ਗੱਲ ਸੁਣ, ਜਾਨੀ ਉੱਡਦੀ। ਹਾਂਜੀ ਮੰਮੀ ਦੱਸੋ। ਨਹੀਂ ਤੈਨੂੰ ਪਤਾ ਵਾ ਜੀ ਤਾਂ ਸਰਨ ਦੀ ਨਾ ਸੱਸ ਅਤੇ ਪ੍ਰਾਹੁਣਾ ਆਏ ਹਨ, ਮੈਨੂੰ ਐਂ ਲੱਗਦਾ ਏ ਵੀ ਜਿਸ ਤਰ੍ਹਾਂ ਉਹ ਜਵਾਬ ਦੇ ਗਏ ਨੇ, ਉਹ ਪ੍ਰੀਤ ਦੀ ਮਾਂ ਨਾ ਉੱਦਾਂ ਦੀ ਸਾਹ ਮੂੰਹ ਸੁੱਟ ਕੇ ਅਤੇ ਗੁੰਮ ਸੁੰਮ ਜਿਹੀ ਫਿਰਨ ਡਈ ਆ। ਅਤੇ ਮੰਮੀ ਮੈਨੂੰ ਕਿੱਦਾਂ ਪਤਾ ਹੋਣਾ ਵਾ,
ਤੁਹਾਨੂੰ ਪਤਾ ਹੋਏਗਾ ਜਸੂਸੀਆਂ ਤਾਂ ਤੁਸੀਂ ਰੱਖਦੇ ਫਿਰਦੇ ਇੱਧਰ ਉੱਧਰ ਦੀਆਂ। ਨਹੀਂ ਇੰਨਾ ਗਾਂਢ ਗੁਆਂਢ ਪਤਾ ਰੱਖਣਾ ਪੈਂਦਾ ਵਾ, ਤੇਰਾ ਤਾਂ ਕਿਤੇ ਇੰਨਾ ਵੀ ਨਹੀਂ ਅਤੇ ਤੂੰ ਜਾ ਕੇ ਤਾਂ ਉੱਧਰ ਸਗੋਂ ਪਤਾ ਲਏ। ਕੁੜੀਆਂ ਨੇ ਤੇਰੀ ਸਗੋਂ ਸੁਲਾ ਹੀ ਬੜੀ ਹੈ। ਮੰਮੀ ਸੁਲਾ ਤਾਂ ਮੇਰੀ ਬਥੇਰੀ ਉਹਨਾਂ ਨਾਲ ਅਤੇ ਪਤਾ ਵੀ ਮੈਨੂੰ ਹੈਗਾ ਸਾਰੀ ਗੱਲ ਦਾ, ਬਸ ਮੈਨੂੰ ਆਹ ਆਦਤ ਨਹੀਂ ਹੈਗੀ ਵੀ ਮੈਂ ਉਹਨਾਂ ਦੀਆਂ ਗੱਲਾਂ ਦੇ ਸਵਾਦ ਲੈਂਦੀ ਫਿਰਾਂ ਨਾਲ ਨਾਲ। ਨਹੀਂ ਸਵਾਦ ਲੈਣ ਨੂੰ ਤੈਨੂੰ ਕਿੰਨੇ ਕਿਹਾ, ਮੈਨੂੰ ਦੱਸ ਫਿਰ ਕਿਹੜੀ ਗੱਲ ਹੋਈ ਹੈ। ਮੰਮੀ ਉਹ ਇਹ ਗੱਲ ਕਹਿ ਕੇ ਗਏ ਆ ਵੀ ਪਹਿਲਾਂ ਵੱਡੀ ਕੁੜੀ ਦਾ ਵਿਆਹ ਕਰੋ ਅਤੇ ਫਿਰ ਅਸੀਂ ਨਿੱਕੀ ਦਾ ਕਰਾਂਗੇ, ਰਿਸ਼ਤਾ ਉੱਦਾਂ ਉਹਨਾਂ ਦਾ ਪੱਕਾ ਹੀ ਆ। ਵੱਡੀ ਇਹਨਾਂ ਦੀਆਂ ਜੜ੍ਹਾਂ 'ਚ ਬਹਿਣ ਡਈ ਹੈ, ਆਪ ਤੋਂ ਚੰਡੀਗੜ੍ਹ ਨੌਕਰੀ ਕਰਦੀ ਹੈ ਅਤੇ ਉੱਥੇ ਹੀ ਉਹਨੇ ਆਪਣੀ ਪਸੰਦ ਦਾ ਕਰ ਲੈਣਾ, ਇਹਨਾਂ ਨਿੱਕਿਆਂ ਦਾ ਵੀ ਨਹੀਂ ਕੁਛ ਬਣ ਦੇਣਾ। ਮੰਮੀ ਐਵੇਂ ਨਾ ਇੰਨੀਆਂ ਗੱਲਾਂ ਸੋਚਿਆ ਕਰੋ, ਤੁਸੀਂ ਤਾਂ ਉਹਨੂੰ ਕਦੋਂ ਦਾ ਘਰੋਂ ਭਜਾਉਣ ਡਿਆ ਸੀ, ਉਦੋਂ ਨਹੀਂ ਉਹ ਭੱਜੀ। ਅਗਲੀ ਨੇ ਪੜ੍ਹ ਲਿਖ ਕੇ ਆਪ ਵੀ ਨੌਕਰੀ ਕੀਤੀ ਆ, ਨਾਲ ਪਿਓ ਦੇ ਮੋਢੇ ਨਾਲ ਮੋਢਾ ਜੋੜ ਕੇ ਨਾ ਆਪਣਾ ਘਰ ਬਾਰ ਵੀ ਬਣਾਇਆ, ਆਪਣੇ ਛੋਟੇ ਭੈਣ ਭਰਾ ਵੀ ਪੜ੍ਹਾਏ ਆ। ਤੁਸੀਂ ਵੀ ਇੱਥੇ ਹੋ ਅਤੇ ਮੈਂ ਵੀ ਇੱਥੇ ਹਾਂ, ਵੇਖਿਓ ਉਹਨੇ ਤੁਹਾਡੀਆਂ ਅੱਖਾਂ ਦੇ ਸਾਹਮਣੇ ਹੀ ਨਾ ਆਪਣਾ ਵੀ ਵਿਆਹ ਵਧੀਆ ਕਰਵਾਉਣਾ ਵਾ ਅਤੇ ਆਪਣੇ ਨਿੱਕੇ ਭੈਣ ਭਰਾਵਾਂ ਦਾ ਵੀ ਵਿਆਹ ਵਧੀਆ ਕਰਨਾ ਵਾ ਅਤੇ ਤੁਸੀਂ ਨਾ ਐਵੇਂ ਆਪਣਾ ਸੋਚ ਸੋਚ ਕੇ ਵੀਪੀ ਵਧਾਈ ਜਾਵੋ। ਸਵਾਹ ਕਰਨਾ ਉਹਨੇ ਆਪਣਾ ਵੀ ਅਤੇ ਭੈਣ ਭਰਾਵਾਂ ਦਾ ਵੀ ਜਿਹੋ ਜਿਹੇ ਉਹਦੇ ਚਾਲ ਚੱਲਣ ਨੇ। ਚਾਰ ਕੁ ਗਾਜਰਾਂ ਕਿੰਨੇ ਖਾਣੀਆਂ ਨੇ? ਇਹ ਚਾਰ ਕੁ ਗਾਜਰਾਂ ਆਪਾਂ ਹੀ ਖਾਣੀਆਂ ਨੇ, ਪਰ ਆਪਾਂ ਤਾਂ ਖੁੱਲ੍ਹੀ ਸਬਜ਼ੀ ਖਾਣ ਵਾਲੇ ਲੋਕ ਹਾਂ, ਉਹ ਚਾਰ ਗਾਜਰਾਂ ਬਣਾ ਕੇ ਮੈਨੂੰ ਰਜਾ ਨਹੀਂ ਸਕਦੀ। ਇਹ ਮੈਂ ਲੂਣ ਵਾਲੇ ਚੌਲ ਲੱਗੀਆਂ ਬਣਾਉਣ ਅਤੇ ਉਹਦੇ ਵਿੱਚ ਪਾਉਣੀਆਂ। ਅਸੀਂ ਤਾਂ ਸਾਰਾ ਟੱਬਰ ਇੱਥੇ ਮਿੱਠਾ ਖਾਣ ਵਾਲੇ, ਤੂੰ ਲੂਣ ਖਾਣ ਵਾਲੀ ਕਿੱਥੋਂ ਆ ਗਈ ਸਾਡੇ ਵਿੱਚ? ਜਿਹਨੂੰ ਜੋ ਪਸੰਦ ਆ ਉਹ ਖਾ ਸਕਦਾ ਹੈ ਨਾ, ਅਤੇ ਤੇਰੇ ਕਰਕੇ ਸਾਨੂੰ ਵੀ ਖਾਣੀਆਂ ਪੈਂਦੀਆਂ। ਮੰਮੀ ਕਿੱਥੇ ਆ? ਮੰਮੀ ਨੂੰ ਮੈਂ ਬਟਰ ਲੈਣ ਭੇਜਿਆ, ਬੜਾ ਹੀ ਜੀ ਕਰਨ ਡਿਆ ਸੀ, ਮੈਂ ਕਿਹਾ ਨਮਕੀਨ ਚੌਲ ਬਣਾ ਕੇ ਖਾਂਦੇ ਹਾਂ, ਗਾਜਰਾਂ ਮਟਰ ਪਾ ਕੇ, ਅਤੇ ਜਦੋਂ ਬਣ ਗਏ ਨਾ ਉਦੋਂ ਫਿਰ ਮੈਂ ਨਹੀਂ ਤੁਹਾਨੂੰ ਦੇਣੇ ਜਦੋਂ ਤੁਸੀਂ ਮੰਗੇ। ਪੂਰਾ ਜੈਕਾ ਬਣਾਉਣ ਲੱਗੀਆਂ ਹਾਂ, ਵਧੀਆ ਵਧੀਆ। ਤੇਰਾ ਸੂਤਰ ਆ, ਵਿਚਾਰੀਆਂ ਬੁਢੜੀਆਂ ਹੱਡੀਆਂ ਨੂੰ ਤੋਰ ਰੱਖਿਆ ਕਰ ਇੱਧਰ ਉੱਧਰ, ਆਪ ਨਹੀਂ ਜਾਇਆ ਜਾਂਦਾ? ਅੱਛਾ ਸੱਚ ਗੱਲ ਕਰਨੀ ਇੱਕ ਤੇਰੇ ਨਾਲ। ਹਾਂਜੀ। ਪ੍ਰੀਤ ਮਿਲੀ ਸੀ ਮੈਨੂੰ ਅੱਜ ਅੱਡੇ ਦੇ ਵਿੱਚ। ਅੱਛਾ। ਮਿਲੀ ਕਾਹਦੀ? ਸਪੈਸ਼ਲ ਸੱਦਿਆ ਸੀ ਉਹਨੇ ਮੈਨੂੰ, ਉਹਨੇ ਮੈਨੂੰ ਸਾਰੀ ਗੱਲ ਦੱਸੀ ਆ, ਕਹਿੰਦੀ ਮੈਨੂੰ ਵਿੱਕੀ ਨੇ ਵਿਆਹ ਵੱਲੋਂ ਆਖਿਆ। ਤੇ ਵਧੀਆ ਗੱਲ ਆ। ਮੇਰੀ ਪੂਰੀ ਵਧੀਆ ਗੱਲ ਨਹੀਂ ਨਾ, ਕਿਉਂਕਿ ਵਿੱਕੀ ਉਹਨੂੰ ਕਾਲਜ ਟਾਈਮ ਤੋਂ ਪਸੰਦ ਕਰਦਾ, ਉਦੋਂ ਤੋਂ ਉਹਨੂੰ ਪ੍ਰਪੋਜ਼ ਕਰਨ ਡਿਆ, ਕਾਲਜ ਟਾਈਮ ਦੇ ਉੱਤੇ ਵੀ ਇੱਕ ਦੋ ਵਾਰ ਉਹਨੇ ਉਹਨੂੰ ਆਖਿਆ, ਪਰ ਉਦੋਂ ਉਹਨੂੰ ਸੀਰੀਅਸ ਨਹੀਂ ਲੈਂਦੀ ਰਹੀ। ਪਰ ਅੱਜ ਜਿੱਦਾਂ ਉਹਨੇ ਆਣ ਕੇ ਮੇਰੇ ਨਾਲ ਗੱਲ ਕੀਤੀ ਨਾ, ਤਾਂ ਮੈਨੂੰ ਐਵੇਂ ਲੱਗਦਾ ਹੈ ਕਿ ਜਿੱਦਾਂ ਪ੍ਰੀਤ ਦੇ ਦਿਲ ਵਿੱਚ ਵੀ ਕੁਛ ਹੈ, ਉਹ ਵੀ ਚਾਹੁੰਦੀ ਆ ਵਿੱਕੀ ਨੂੰ, ਪਰ ਗੱਲ ਇਹ ਆ ਕਿ ਹੁਣ ਗੱਲ ਮੇਰੇ ਉੱਤੇ ਸੁੱਟਦੀ ਆ। ਮੈਨੂੰ ਹੁਣ ਵਿੱਕੀ ਦਾ ਸੁਭਾਅ ਦਾ ਵੀ ਪਤਾ, ਵਿੱਕੀ ਕਿਵੇਂ ਦਾ ਵਾ, ਕੀ ਕੁਛ ਕਰਦਾ ਰਿਹਾ, ਉਹਦਾ ਪਾਸਟ ਕੀ ਆ। ਹੁਣ ਮੈਂ ਕਿੱਦਾਂ ਹਾਮੀ ਭਰਾਂ, ਮੈਂ ਤਾਂ 605 ਦੇ ਵਿੱਚ ਹਾਂ। ਮੈਂ ਉਹਨੂੰ ਸਗੋਂ ਕਹਿ ਆ ਵਾਂ ਕਿ ਤੇਰੀ ਜ਼ਿੰਦਗੀ ਆ, ਖੁਦ ਤੈਨੂੰ ਹੁਣ ਫੈਸਲੇ ਲੈਣੇ ਚਾਹੀਦੇ ਆ, ਪਰ ਮੇਰੇ ਪਰਿਵਾਰ ਦਾ ਜੀ ਆ, ਮੈਂ ਇਹਦੀ ਬੁਰਾਈ ਵੀ ਨਹੀਂ ਕਰ ਸਕਦਾ। ਅਤੇ ਉੱਧਰੋਂ ਪ੍ਰੀਤ ਵੀ ਮੈਨੂੰ ਭਰਾ ਕਹਿੰਦੀ ਆ, ਅਤੇ ਭਰਾ ਹੋਣ ਦੇ ਨਾਤੇ ਮੈਂ ਉਹਦਾ ਵੀ ਕੁਝ ਮਾੜਾ ਨਹੀਂ ਸੋਚ ਸਕਦਾ। ਮੈਂ ਤੁਹਾਡੀ ਸਾਰੀ ਗੱਲ ਸਮਝ ਗਈ ਹਾਂ, ਜਿਹੜੇ ਹੁਣ ਤੁਸੀਂ ਹਾਲਾਤ ਦੇ ਵਿੱਚ ਫਸੇ ਜੇ ਨਾ, ਪਰ ਹੁਣ ਵੇਖੋ ਕਾਲਜ ਟਾਈਮ ਦੀ ਗੱਲ ਹੋਰ ਹੀ, ਉਦੋਂ ਉਮਰ ਹੋਰ ਹਿਸਾਬ ਦੀ ਹੁੰਦੀ ਆ, ਹੁਣ ਤਾਂ ਵਿੱਕੀ ਬਾਹਰ ਚਲਾ ਗਿਆ, ਹੁਣ ਉੱਥੇ ਪੱਕਾ ਵੀ ਆ, ਉਹ 2-4 ਸਾਲ ਉਹ ਬਾਹਰ ਲਾ ਕੇ ਆ ਗਿਆ, ਹੁਣ ਉਹਦੀਆਂ ਗੱਲਾਂ ਹੋਰ ਹੋ ਗਈਆਂ ਹੋਣੀਆਂ। ਬਾਕੀ ਆਹ ਤਾਂ ਵਧੀਆ ਗੱਲ ਆ, ਜੇ ਵਿੱਕੀ ਉਹਨੂੰ ਪਹਿਲਾਂ ਤਾਂ ਜਾਣਦਾ ਆ ਅਤੇ ਹਲੇ ਵੀ ਉਹ ਚਾਹੁੰਦਾ ਕਿ ਮੇਰੇ ਇਹਦੇ ਨਾਲ ਵਿਆਹ ਹੋ ਜੇ, ਨਹੀਂ ਤਾਂ ਇੰਨਾ ਕੌਣ ਚੇਤਾ ਰੱਖਦਾ ਪਿਛਲੇ ਦਿਨਾਂ ਨੂੰ। ਗੱਲ ਤੇਰੀ ਸਹੀ ਆ, ਪਰ ਦੂਸਰੇ ਪਾਸੇ ਮੈਂ ਇਹ ਵੀ ਸੋਚਦਾ ਵਾਂ ਨਾ ਕਿ ਵਿੱਕੀ ਜਿੱਦਾਂ ਬਾਹਰੋਂ ਆਇਆ, ਬਾਹਰ ਵਾਲੇ ਮੁੰਡੇ ਤਾਂ ਜ਼ਿਆਦਾਤਰ ਜਿਹੜੀਆਂ ਕੁੜੀਆਂ ਬਾਹਰ ਹੁੰਦੀਆਂ ਵਾ ਉਹਨਾਂ ਨੂੰ ਪਹਿਲ ਦਿੰਦੇ ਆ, ਇਹਨੇ ਫਿਰ ਇੱਥੇ ਆਣ ਕੇ ਪ੍ਰੀਤ ਨੂੰ ਹੀ ਮੇਰੇ ਦੇ
ਸਿਰ ਦੇ ਉੱਤੋਂ ਦੀ ਲੰਘਣ ਡਈ ਆ ਗੱਲ। ਐਵੇਂ ਨਾ ਇੰਨਾ ਸੋਚੀ ਜਾਓ, ਵੇਖੋ ਹੈ ਤੇ ਤੁਹਾਡੇ ਪਰਿਵਾਰ ਚੋਂ ਹੀ ਆ ਨਾ, ਕਿਤੇ ਨਾ ਕਿਤੇ ਹੈ ਤੇ ਉਹ ਤੁਹਾਡਾ ਹੀ ਖੂਨ ਆ। ਤੇ ਉਹ ਸੋਚਦਾ ਹੋਏਗਾ ਕਿ ਜੇ ਮੈਂ ਇੱਥੋਂ ਵਾਲੀ ਕੁੜੀ ਖੜੂੰਗਾ ਤੇ ਤੁਹਾਨੂੰ ਪਤਾ ਆ ਇੱਥੋਂ ਵਾਲੀਆਂ ਕੁੜੀਆਂ ਦਾ ਸੁਭਾਅ ਹੋਰ ਤੇ ਬਾਹਰ ਵਾਲੀਆਂ ਕੁੜੀਆਂ ਦਾ ਸੁਭਾਅ ਹੋਰ ਆ। ਉੱਥੇ ਉਹ ਜਿਹੜੀਆਂ ਜੰਮੀਆਂ ਪਲੀਆਂ ਹੁੰਦੀਆਂ ਨਾ, ਉਹ ਫਿਰ ਉੱਥੇ ਆਪਣੇ ਆਪ 'ਚ ਰਹਿੰਦੀਆਂ ਆ, ਮਤਲਬ ਆਪਣਾ ਕਮਾਉਂਦੀਆਂ ਖਾਂਦੀਆਂ ਫਰੀਡਮ 'ਚ ਰਹਿੰਦੀਆਂ। ਮੈਂ ਤੇਰੀ ਗੱਲ ਗੱਲ ਤੇ ਮੈਂ ਸਮਝ ਗਿਆ ਯਾਰ, ਪਰ ਮੈਂ ਕੀ ਕਹਾਂ ਯਾਰ। ਰਹੀ ਗੱਲ ਵਿੱਕੀ ਦੀ, ਵਿੱਕੀ ਦਾ ਤਾਂ ਚੱਲ ਮੰਨ ਲੈਂਦੇ ਹਾਂ ਕਿ ਸੁਭਾਅ ਬਦਲ ਗਿਆ ਹੋਊਗਾ, ਪਰ ਚਾਚੀ ਤਾਂ ਇੱਥੇ ਰਹਿੰਦੀ ਆ ਨਾ, ਚਾਚੀ ਦੇ ਸੁਭਾਅ ਦਾ ਤਾਂ ਤੈਨੂੰ ਪਤਾ ਹੀ ਆ। ਪ੍ਰੀਤ ਉਹਦੇ ਨਾਲ ਕਿੱਦਾਂ ਇੱਥੇ ਐਡਜਸਟਮੈਂਟ ਕਰੂਗੀ। ਬਾਅਦ ਵਿੱਚ ਜਿਹੀ ਹਾਮੀ ਭਰ ਵੀ ਦਿੱਤੀ ਨਾ ਸੰਦੀਪ, ਤਾਂ ਹਰ ਰੋਜ਼ ਸਾਡੇ ਉੱਤੇ ਜਿਹੜੀ ਤਲਵਾਰ ਲਮਕਦੀ ਰਿਹਾ ਕਰਨੀ ਆ। ਤੁਸੀਂ ਕਿਉਂ ਐਵੇਂ ਇਹਨਾਂ ਗੱਲਾਂ ਨੂੰ ਲੈ ਕੇ ਇੰਨਾ ਸੋਚੀ ਜਾਂਦੇ ਆ? ਵੇਖੋ ਇੰਨੇ ਚਿਰਾਂ ਬਾਅਦ ਫਿਰ ਵਿੱਕੀ ਨੇ ਆਪਣੇ ਦਿਲ ਦੀ ਗੱਲ ਉਹਦੇ ਅੱਗੇ ਰੱਖੀ ਆ, ਉਹਨੇ ਆਪ ਹੀ ਕਿਹਾ ਉਹਨੂੰ ਵਿਆਹ ਕਰਾਉਣ ਲਈ। ਅਤੇ ਰਹੀ ਗੱਲ ਚਾਚੀ ਦੀ, ਚਾਚੀ ਨਾਲ ਆਪੇ ਐਡਜਸਟਮੈਂਟ ਹੋ ਜਾਣੀ ਆ। ਦੇਖੋ ਹੋਰ ਦੋਵਾਂ ਸਾਲਾਂ ਨੂੰ ਵਿੱਕੀ ਨੇ ਪ੍ਰੀਤ ਨੂੰ ਨਾਲ ਲੈ ਜਾਣਾ, ਆਪ ਉੱਥੇ ਪੱਕਾ ਵਾ, ਅਕਸਰ ਮੈਨੂੰ ਵੀ ਤਾਂ ਨਾਲ ਲੈ ਕੇ ਜਾਊਗਾ ਹੀ, ਬਾਅਦ ਵਿੱਚ ਉਹਨਾਂ ਨੇ ਆਪਣੀ ਲਾਈਫ ਉੱਥੇ ਗੁਜ਼ਾਰਨੀ ਆ। ਅਤੇ ਐਵੇਂ ਤੁਸੀਂ ਇੱਦਾਂ ਦੀਆਂ ਗੱਲਾਂ ਕਰੀ ਜਾਂਦੇ ਆ, ਮੈਨੂੰ ਤਾਂ ਸਗੋਂ ਨਾ ਬੜੀ ਖੁਸ਼ੀ ਹੋਣ ਡਈ ਆ, ਪ੍ਰੀਤ ਨੇ ਤਾਂ ਆਪਣੇ ਲਾਗੇ ਆ ਜਾਣਾ ਆ, ਮਿਲਦੇ ਗਿਲਦੇ ਰਹਾਂਗੇ। ਹੁਣ ਕੀ ਪਤਾ ਹੁਣ ਮੁੜ ਕੇ ਕਿੱਦਾਂ ਦੇ ਸਹੁਰੇ ਮਿਲਣੇ ਆ, ਹੁਣ ਤਾਂ ਸੁੱਖ ਨਾਲ ਆਪਣੇ ਪਰਿਵਾਰ 'ਚ ਹੀ ਆ ਜਾਣਾ ਉਹਨੇ। ਗੱਲ ਤਾਂ ਠੀਕ ਆ ਤੇਰੀ, ਪਰ ਮੈਂ ਨਾ ਜ਼ਿਆਦਾ ਗੱਲ ਪ੍ਰੀਤ ਦੇ ਉੱਤੇ ਸੁੱਟ ਦਿੱਤੀ। ਮੈਂ ਕਿਹਾ ਇੱਦਾਂ ਕਰ, ਆਪਣੀ ਮੰਮੀ ਨਾਲ ਆਪਣੇ ਪਰਿਵਾਰ ਦੇ ਨਾਲ ਗੱਲ ਕਰਕੇ ਵੇਖ ਲਾ, ਹੈ ਕਿ ਨਹੀਂ? ਬਾਅਦ 'ਚ ਜਿੱਦਾਂ ਉਹਨਾਂ ਨੂੰ ਮਨਜ਼ੂਰ ਹੋਊਗਾ ਕਰ ਲੈਣਗੇ, ਫਿਰ ਅਸੀਂ ਵੀ ਇੱਥੇ ਗੁਆਂਢ ਮੱਥਾ ਵਾਂ, ਕਈ ਗੱਲਾਂ ਨਿਕਲ ਆਉਂਦੀਆਂ ਬਾਅਦ ਵਿੱਚ। ਆਹੋ ਆਪਣੀ ਫੈਮਿਲੀ ਦੇ ਨਾਲ ਵੀ ਸਾਰੀ ਗੱਲਬਾਤ ਕਰਨੀ ਚਾਹੀਦੀ ਆ, ਐਵੇਂ ਨਾ ਹੁਣ ਟੈਨਸ਼ਨ ਲਈ ਜਾਓ। ਬਾਕੀ ਜੇ ਪ੍ਰੀਤ ਨੇ ਤੁਹਾਡੇ ਨਾਲ ਆਪ ਗੱਲ ਕੀਤੀ ਆ ਨਾ, ਇਹਦਾ ਮਤਲਬ ਇਹ ਆ ਵੀ ਪ੍ਰੀਤ ਵੀ ਇਸ ਰਿਸ਼ਤੇ ਨੂੰ ਲੈ ਕੇ ਖੁਸ਼ ਆ, ਉਹਦੇ ਵੀ ਦਿਲ 'ਚ ਜ਼ਰੂਰ ਕੋਈ ਨਾ ਕੋਈ ਗੱਲ ਹੋਊਗੀ, ਸਭ ਕੁਛ ਵਧੀਆ ਹੋਊਗਾ। ਠੀਕ ਆ, ਐਵੇਂ ਨਾ ਆਪਣੇ ਦਿਮਾਗ 'ਤੇ ਨਾ ਬੋਝ ਪਾਈ ਜਾਓ। ਚਲ ਠੀਕ ਆ ਯਾਰ, ਇਹ ਤਾਂ ਆਖੀ ਜਾਂਦੀ ਆ ਬੋਝ ਨਾ ਲਓ, ਪਰ ਕਿੱਦਾਂ ਨਾ ਬੋਝ ਲਵਾਂ, ਕਿਉਂਕਿ ਸਭ ਤੋਂ ਜ਼ਿਆਦਾ ਮੁੜ ਕੇ ਮੈਂ ਹੀ ਫਸਣਾ ਵਾਂ, ਕਿਉਂਕਿ ਮੈਨੂੰ ਵਿੱਕੀ ਦਾ ਸੁਭਾਅ ਦਾ ਵੀ ਪਤਾ ਅਤੇ ਚਾਚੀ ਦੇ ਸੁਭਾਅ ਦਾ ਵੀ, ਅਤੇ ਪ੍ਰੀਤ ਅੱਗੇ ਖੁਦ ਗਰਜਾ, ਉਹਨੂੰ ਤਾਂ ਇਹ ਹੁੰਦਾ ਕਿ ਮੈਂ ਆਪਣਾ ਕਰਾਂ ਅਤੇ ਕਮਾਵਾਂ। ਮੈਨੂੰ ਇਸ ਮਾਮਲੇ ਵਿੱਚ ਨਾ ਕਰੇ ਵਿੱਕੀ ਨਾਲ ਗੱਲ ਕਰਨੀ ਚਾਹੀਦੀ ਆ। ਮੈਂ ਜਾਣਾ ਵਿੱਕੀ ਵੱਲ, ਮਿਲ ਕੇ ਆਉਂਦਾ ਉਹਨੂੰ। ਸੁਨੀਲ ਮੈਂ ਜਰਾ ਕੁ ਮਿਸਤਰੀਆਂ ਵੱਲ ਚੱਲਿਆ, ਫੇਰਾ ਮਾਰ ਕੇ ਆਵਾਂ, ਕੀ ਕਰਨ ਡੇ ਕੀ ਨਹੀਂ? ਛੇਤੀ ਆ ਜਾਇਓ, ਫਿਰ ਆ ਕੇ ਚੌਲ ਖਾ ਲਿਓ ਗਰਮ ਗਰਮ। ਚੰਗਾ। ਓਏ ਕੀ ਕਰਨ ਡਿਆ? ਕੁਛ ਨਹੀਂ ਕਰਨਾ, ਕੀ? ਆ ਜਾ ਘੜੀ ਉੱਥੇ ਚੱਲੀਏ, ਕੋਠੀ ਚੱਲਦੇ ਹਾਂ। ਅੱਛਾ, ਆ ਜਾ ਘਰੇ ਬੈਠਾ ਰਹਿਣਾ। ਚੱਲ ਅੱਜ ਕੋਠੀ ਵੇਖ ਆਉਂਦੇ ਤੇਰੀ, ਉੱਦਾਂ ਤਾਂ ਮੈਂ ਵੀ ਨਹੀਂ ਗਿਆ। ਲੈ ਕੈਮਰੇ ਵੀ ਲਵਾ ਤੇ ਆ। ਪਤਾ ਹੀ ਆ ਤੈਨੂੰ ਭਰਾਵਾ, ਅੱਜ ਕੱਲ੍ਹ ਦੇ ਮਾਹੌਲ ਚੱਲਦਾ ਕੈਮਰੇ ਤਾਂ ਸਭ ਤੋਂ ਜ਼ਰੂਰੀ। ਚੱਲ ਵਧੀਆ ਕੀਤਾ ਆ ਕੰਮ ਤੇ, ਕੋਈ ਬੰਦੂਕ ਦੀ ਗੋਲੀ ਤੋਂ ਡਰੇ ਨਾ ਡਰੇ, ਕੈਮਰੇ ਤੋਂ ਸਭ ਤੋਂ ਜ਼ਿਆਦਾ ਡਰਦੇ ਆ। ਆਹੋ ਇਹ ਤਾਂ ਹੈ ਹੀ ਆ, ਵਧੀਆ ਸੋਹਣੀ ਲੱਗਣ ਡਾ ਪਈ ਆ, ਪਲਸਤਰ ਹੋ ਗਏ। ਹਾਂ ਬਸ ਹੁਣ ਟੈਲਾਂ ਟੂਲਾਂ ਦਾ ਕੰਮ ਸ਼ੁਰੂ ਕਰਵਾ ਦੇਣਾ ਥੋੜ੍ਹੇ ਦਿਨਾਂ ਤੱਕ। ਇੱਧਰ ਆ, ਪ੍ਰੀਤ ਨੂੰ ਫਿਰ ਪ੍ਰਪੋਜ਼ ਕੀਤਾ ਵਿਆਹ ਵਾਸਤੇ? ਅੱਛਾ, ਪ੍ਰੀਤ ਨੇ ਵਿਆਹ ਵਾਲੀ ਗੱਲ ਇਹਦੇ ਨਾਲ ਵੀ ਕਰ ਹੀ ਦਿੱਤੀ। ਇੱਕ ਤਾਂ ਇਹ ਬੜੀ ਟੰਗ ਅੜਾਉਂਦਾ ਹਰ ਮਾਮਲੇ ਵਿੱਚ, ਵਿੱਕੀ ਸਿਆਂ ਹੁਣ ਇਹਦੇ ਸਾਹਮਣੇ ਤੈਨੂੰ ਝੂਠਾ ਸੱਚਾ ਨਾਟਕ ਤਾਂ ਕਰਨਾ ਹੀ ਪੈਣਾ। ਹਾਂ ਪੁੱਛਿਆ ਸੀ ਮੈਂ, ਵੇਖ ਵੀਰ
ਤੈਨੂੰ ਤਾਂ ਪਤਾ ਹੀ ਆ ਪ੍ਰੀਤ ਨੂੰ ਮੈਂ ਕਾਲਜ ਟਾਈਮ ਤੋਂ ਲਾਈਕ ਕਰਦਾ ਹਾਂ ਅਤੇ ਹੁਣ ਵੀ ਵਿਆਹ ਦੇ ਵਿੱਚ ਚਲੋ ਮਿਲੇ ਆ ਵਧੀਆ ਲੱਗੇ ਮੈਨੂੰ ਅਤੇ ਮੈਂ ਵੀ ਬਾਹਰ ਤੈਨੂੰ ਪਤਾ 2-3 ਸਾਲ ਹੋ ਗਏ ਆ ਉੱਥੇ ਹੁਣ ਪੱਕੇ ਹੋ ਹੀ ਜਾਣਾ ਆ ਅਤੇ ਮੈਂ ਸੋਚਣ ਡਿਆ ਕਿ ਚੱਲ ਜੇ ਪ੍ਰੀਤ ਵਰਗੀ ਕੁੜੀ ਦੇ ਨਾਲ ਵਿਆਹ ਹੋ ਜੇ ਤਾਂ ਇਹਦੇ ਨਾਲ ਵਧੀਆ ਹੋਰ ਕੀ ਹੋ ਸਕਦਾ ਆ ਸਮਝਦਾਰ ਕੁੜੀ ਆ ਮਾਂ ਪਿਓ ਦੀ ਵਧੀਆ ਸੇਵਾ ਕਰੂਗੀ ਹੈ ਕਿ ਨਹੀਂ ਨਹੀਂ ਤਾਂ ਅੱਜ ਦੇ ਟਾਈਮ ਦੇ ਵਿੱਚ ਤਾਂ ਤੈਨੂੰ ਪਤਾ ਹੀ ਆ ਇਹੋ ਜਿਹੀਆਂ ਕੁੜੀਆਂ ਲੱਭਣੀਆਂ ਕਿਤੇ ਸੌਖੀਆਂ ਆ ਉਹ ਗੱਲ ਤਾਂ ਤੇਰੀ ਠੀਕ ਆ ਪਰ ਤੂੰ ਇਹ ਇਹਨਾਂ ਹਾਲਾਤਾਂ ਤੋਂ ਵੀ ਜਾਣੂ ਹੀ ਆ ਕਿ ਪ੍ਰੀਤ ਦਾ ਹਿਸਾਬ ਕਿਤਾਬ ਕਿਵੇਂ ਦਾ ਸੀ ਉਹ ਇੱਕ ਜ਼ਿੰਮੇਵਾਰ ਕੁੜੀ ਆ ਕੰਮਕਾਰ ਕਰਨ ਵਾਲੀ ਪੜ੍ਹਾਈ ਲਿਖਾਈ ਕਰਨ ਵਾਲੀ ਅਤੇ ਆਪਣੇ ਪਰਿਵਾਰ ਨੂੰ ਚਲਾਉਣ ਵਾਲੀ ਵੇਖੀ ਕੋਈ ਉਹਦੇ ਨਾਲ ਇਹੋ ਜਿਹਾ ਕੰਮ ਨਾ ਹੋਵੇ ਜਿਹਦੇ ਨਾਲ ਉਹਦੀ ਫਿਰ ਜ਼ਿੰਦਗੀ ਨਰਕ ਹੋ ਜੇ ਲੈ ਹੱਦ ਕਰਦਾ ਵੀਰ ਹੁਣ ਮੈਨੂੰ ਵੀ ਬਾਹਰ ਦੀ ਦੁਨੀਆ ਦਾ ਪਤਾ ਲੱਗ ਗਿਆ ਘਰੋਂ ਬਾਹਰ ਨਿਕਲਿਆ ਅਕਲ ਆ ਜਾਂਦੀ ਬੰਦੇ ਨੂੰ ਤਾਂ ਕਰਕੇ ਮੈਂ ਪ੍ਰੀਤ ਨੂੰ ਪ੍ਰਪੋਜ਼ ਕੀਤਾ ਨਹੀਂ ਤਾਂ ਰਿਸ਼ਤੇ ਤਾਂ ਤੈਨੂੰ ਪਤਾ ਹੀ ਆ ਬਥੇਰੇ ਆਉਣ ਡੇ ਆ ਮੈਨੂੰ ਵੀ ਪਰ ਹੁਣ ਆਪਾਂ ਜਾਣਦੇ ਨਹੀਂ ਨਾ ਅੱਗੇ ਕਿਹੋ ਜਿਹਾ ਬੰਦਾ ਅਤੇ ਕਿਹੋ ਜਿਹਾ ਨਹੀਂ ਜਿਹਨੂੰ ਥੋੜ੍ਹਾ ਬਹੁਤਾ ਜਾਣਦੇ ਹਾਂ ਚੱਲ ਉਹਨੂੰ ਤਾਂ ਆਪਾਂ ਹਾਂ ਹਸਾ ਕਰ ਹੀ ਸਕਦੇ ਹਾਂ ਚੱਲ ਜੇ ਹਾਂ ਗੱਲ ਆ ਨਾ ਤਾਂ ਫਿਰ ਮੈਂ ਵੀ ਪ੍ਰੀਤ ਨੂੰ ਫਿਰ ਦੱਸ ਦਾਂਗਾ ਵੀ ਕੋਈ ਗੱਲ ਨਹੀਂ ਤੂੰ ਬੇਫਿਕਰ ਹੋ ਕੇ ਫਿਰ ਇਹਨੂੰ ਵਿਆਹ ਹੀ ਹਾਂ ਕਰ ਦੇ ਹਾਂ ਹਾਂ ਕੋਈ ਗੱਲ ਹੀ ਨਹੀਂ ਆ ਦੱਸ ਹੁਣ ਨਾਲੇ ਪਹਿਲਾਂ ਵਾਲੀਆਂ ਗੱਲਾਂ ਥੋੜ੍ਹੀ ਰਹੀਆਂ ਚੱਲ ਮਚਿਓਰ ਹੋ ਗਿਆ ਦੁਨੀਆਂ ਦਾ ਪਤਾ ਲੱਗਣ ਲੱਗ ਪਿਆ ਚੱਲ ਆ ਘਰ ਵੇਖੀਏ ਹੁਣ ਚੱਲ ਚੱਲ ਵਿੱਕੀ ਨੇ ਆਹ ਗੱਲਾਂ ਕਰਕੇ ਨਾ ਮੇਰੇ ਦਿਮਾਗ ਤੋਂ ਬੋਝ ਲਾ ਦਿੱਤਾ ਅਤੇ ਪ੍ਰੀਤ ਨੇ ਵੀ ਮੈਨੂੰ ਜ਼ਿੰਮੇਵਾਰੀ ਨਾਲ ਪੁੱਛਿਆ ਸੀ ਚੱਲ ਹੁਣ ਉਹਨੂੰ ਮੈਂ ਕਹਿਣ ਵਾਲਾ ਬਣੂੰਗਾ ਵੀ ਕੋਈ ਗੱਲ ਨਹੀਂ ਤੂੰ ਬੇਫਿਕਰ ਹੋ ਕੇ ਵਿੱਕੀ ਨੂੰ ਵਿਆਹ ਲਈ ਹਾਂ ਕਰ ਦੇ ਉੱਦਾਂ ਵੀ ਵਿਚਾਰੀ ਨੇ ਬੜੀਆਂ ਤੰਗੀਆਂ ਵੇਖੀਆਂ ਸੀ ਹੁਣ ਵਿੱਕੀ ਨਾਲ ਵਿਆਹ ਕਰਾ ਕੇ ਖੁਸ਼ ਰਹੂਗੀ ਅਤੇ ਚਲੋ ਸਾਡੇ ਸਾਹਮਣੇ ਵੀ ਰਹੂਗੀ ਚਲ ਆਪਣੀ ਭੈਣ ਬਣਾਇਆ ਸੁਖੀ ਰਹਿਣੀ ਚਾਹੀਦੀ ਆਪਣੇ ਘਰ ਵਿੱਚ ਇਹਦੀ ਆਦਤ ਨਹੀਂ ਗਈ ਦੂਜਿਆਂ ਦੇ ਮਾਮਲੇ 'ਚ ਢੰਗ ਉਡਾਉਣ ਦੀ ਚੱਲ ਇਹਨੂੰ ਮੈਂ ਕੀ ਕਹਿਣਾ ਇਹਨੂੰ ਤਾਂ ਹੌਲੀ ਹੌਲੀ ਮੈਂ ਆਪੇ ਸੂਤਰ ਕਰ ਲੂੰ ਮੇਨ ਗੱਲ ਤਾਂ ਇਹ ਆ ਕਿ ਪ੍ਰੀਤ ਨਾਲ ਇੱਕ ਵਾਰੀ ਮੇਰਾ ਵਿਆਹ ਹੋ ਜੇ ਪ੍ਰੀਤ ਮੈਂ ਵੇਖਣ ਦੀ ਤਾਂ ਜਦੋਂ ਦੀ ਆਈ ਚੁੱਪ ਚੁੱਪ ਆ ਕੀ ਗੱਲ ਥੱਕ ਗਈ ਆ ਨਹੀਂ ਨਹੀਂ ਮੰਮੀ ਥੱਕੀ ਤਾਂ ਨਹੀਂ ਬਸ ਇੱਦਾਂ ਹੀ ਬਸ ਇੱਦਾਂ ਕਿੱਦਾਂ ਮੰਮੀ ਤੁਸੀਂ ਮੈਨੂੰ ਕਹਿੰਦੇ ਸੀ ਨਾ ਕਿ ਵਿਆਹ ਵੱਲੋਂ ਹਾਂ ਨਹੀਂ ਕਰਦੀ ਹੈਗੀ ਅਤੇ ਮੈਂ ਸੋਚਿਆ ਕਿ ਵਿਆਹ ਕਰਵਾਉਣਾ ਤਾਂ ਹੈ ਹੀ ਆ ਅਤੇ ਫਿਰ ਕਰਾ ਹੀ ਲੈਂਦੇ ਹਾਂ ਅਸੀਂ ਤਾਂ ਕਦੋਂ ਦਾ ਕਹਿੰਦੇ ਹਾਂ ਵੀ ਦੱਸ ਕੁਛ ਦੱਸ ਮੰਮੀ ਇੱਕ ਗੱਲ ਕਰਾਂ ਪਰ ਇਹ ਆ ਕਿ ਤੁਸੀਂ ਇਹ ਨਾ ਸੋਚਿਓ ਕਿ ਸ਼ਾਇਦ ਇਹਨੇ ਇਸੇ ਕਰਕੇ ਉਦੋਂ ਦੀ ਹਾਂ ਨਹੀਂ ਕੀਤੀ ਹੈਗੀ ਹਾਂ ਦੱਸ ਵੈਸੇ ਤੁਹਾਡੀ ਮਰਜ਼ੀ ਆ ਮੈਂ ਤੁਹਾਨੂੰ ਜ਼ੋਰ ਜ਼ਬਰਦਸਤੀ ਨਹੀਂ ਕਰਦੀ ਹੈਗੀ ਠੀਕ ਆ ਮੰਮੀ ਮੇਰੀਆਂ ਨਜ਼ਰਾਂ ਵਿੱਚ ਨਾ ਇੱਕ ਮੁੰਡਾ ਵਾ ਜਿਹੜਾ ਮੈਨੂੰ ਲੱਗਦਾ ਕਿ ਉਹ ਮੇਰੇ ਕਾਬਲ ਆ ਜੇ ਤਾਂ ਤੁਹਾਨੂੰ ਉਹ ਮੁੰਡਾ ਸਹੀ ਲੱਗੂਗਾ ਤਾਂ ਫਿਰ ਮੇਰਾ ਉੱਥੇ ਵਿਆਹ ਕਰ ਦਿਓ ਨਹੀਂ ਤਾਂ ਕੋਈ ਜ਼ੋਰ ਜ਼ਬਰਦਸਤੀ ਨਹੀਂ ਆ ਹਾਂ ਪ੍ਰੀਤ ਕੌਣ ਆ ਮੁੰਡਾ ਉਹ ਮੰਮੀ ਉਹ ਮੁੰਡੇ ਨੂੰ ਤੁਸੀਂ ਵੀ ਜਾਣਦੇ ਆ ਮੈਂ ਜਾਣਦੀ ਹਾਂਜੀ ਉਹ ਮੁੰਡਾ ਮੰਮੀ ਕਵਲ ਦੇ ਚਾਚੇ ਦਾ ਮੁੰਡਾ ਆ ਕਿਹਦੀ ਵਿੱਕੀ ਦੀ ਗੱਲ ਕਰਨ ਦੀ ਆ ਹਾਂਜੀ ਮੰਮੀ ਲੈ ਪ੍ਰੀਤ ਜੇ ਉੱਥੇ ਤੇਰਾ ਹੋ ਜੇ ਤਾਂ ਹੋਰ ਕੀ ਚਾਹੀਦਾ ਉਹ ਤਾਂ ਮੁੰਡਾ ਹੀ ਬੜਾ ਚੰਗਾ ਵਾ ਨਾਲੇ ਬਾਹਰੋਂ ਆਇਆ ਵਾ ਅਤੇ ਨਾਲੇ ਕੋਈ ਉਹਲਾ ਪੜਦਾ ਵੀ ਨਹੀਂ ਕਵਲ ਹੁਣੀ ਵਿੱਚ ਵਾ ਆਹ ਗੱਲ ਸੁਣ ਕੇ ਤਾਂ ਮੈਨੂੰ ਬੜੀ ਖੁਸ਼ੀ ਹੋਈ ਆ ਮੁੰਡਾ ਤਾਂ ਬਿਲਕੁਲ ਤੇਰੇ ਕਾਬਲ ਆ ਪ੍ਰੀਤ ਉਂਝ ਵੀ ਮੰਮੀ ਉਦਣ ਜਿੱਦਣ ਆਪਾਂ ਗਏ ਸੀ ਨਾ ਮੈਂ ਤੁਹਾਨੂੰ ਸਾਰੀ ਗੱਲ ਨਹੀਂ ਸੀ ਦੱਸੀ ਉਹਨੇ ਮੈਨੂੰ ਖੁਦ ਕਿਹਾ ਸੀ ਕਿ ਤੂੰ ਮੇਰੇ ਨਾਲ ਵਿਆਹ ਕਰਵਾ ਲਾ ਵਿੱਕੀ ਨੇ ਹਾਂਜੀ ਅੱਛਾ ਅੱਛਾ ਜਦੋਂ ਤੂੰ ਕਿੰਨਾ ਚਿਰ ਲਾ ਕੇ ਆਈ ਸੀ ਗਲੀ 'ਚ ਹਾਂਜੀ ਹਾਂਜੀ ਮੈਨੂੰ ਤਾਂ ਆਹ ਗੱਲ ਬੜੀ ਜੱਚੀ ਆ ਪਰ ਤੂੰ ਇਹ ਗੱਲ ਅਜੇ ਬਾਹਰ ਨਾ ਕਿਸੇ ਕੋ ਕਰੀ ਪਤਾ ਕੀ ਆ ਲੋਕਾਂ ਦੇ ਉਹੋ ਜਿਹਾ ਮੂਡ ਵਾ
ਜੀ ਕਰੇ ਤਾਂ ਲੋਕੀ ਕਹਿ ਦੇਣੇ ਨੇ ਆਪਣੀ ਮਰਜ਼ੀ ਨਾਲ ਕੀਤਾ ਵਾ। ਲੈ ਮੰਮੀ ਇੱਦਾਂ ਕਿੱਦਾਂ ਕੋਈ ਕਹਿ ਦੂਗਾ ਵੀ ਜਿਹਨੂੰ ਕੋਈ ਗੱਲਬਾਤ ਹੀ ਨਹੀਂ ਹੈਗੀ ਵੀ? ਉਹ ਤਾਂ ਸਾਨੂੰ ਪਤਾ, ਤੈਨੂੰ ਪਤਾ ਜਾਂ ਮੈਨੂੰ ਪਤਾ, ਕਿਸੇ ਦਾ ਮੂੰਹ ਫੜ ਲੈਣਾ ਵਾ। ਕਵਲ ਦੇ ਚਾਚੇ ਦਾ ਮੁੰਡਾ ਤਾਂ ਹੈ ਹੀ ਆ, ਸਗੋਂ ਕਵਲ ਨਾਲ ਗੱਲ ਕਰਾਂਗੇ, ਕਵਲ ਨੂੰ ਜਾਂ ਉਹਦੀ ਘਰਦੀ ਨੂੰ ਵਿੱਚ ਪਾ ਲੈਂਦੇ ਹਾਂ। ਮੈਨੂੰ ਤਾਂ ਆਹ ਬੜਾ ਹੀ ਵਧੀਆ ਲੱਗਾ ਜੀ ਪ੍ਰੀਤ, ਹਾਂ ਗੱਲ ਕਹਿ ਕੇ ਤਾਂ ਤੂੰ ਮੇਰੇ ਮਨ ਦਾ ਸਾਰਾ ਬੋਝ ਹੀ ਲਾਹ ਤਾ ਜੀ, ਠੰਡ ਹੀ ਪਾਤੀ ਉਹ ਕਲੇਜੇ। ਮੈਨੂੰ ਪਤਾ ਕਿੰਨੀ ਚਿੰਤਾ ਸੀ ਕਿ ਤੇਰੇ ਹਾਂ ਨਾ ਕਰਨ ਦੇ ਚੱਕਰ ਦੇ ਵਿੱਚ ਸ਼ਰਮ ਦੇ ਰਿਸ਼ਤੇ ਦਾ ਜਵਾਬ ਹੋ ਜਾਣਾ ਵਾ, ਕਿਤੇ ਉੱਧਰੋਂ ਇੰਨਾ ਸੋਹਣਾ ਰਿਸ਼ਤਾ ਨਾ ਟੁੱਟ ਜੇ। ਇਸੇ ਕਰਕੇ ਤੇ ਫਿਰ ਮੰਮੀ ਮੈਂ ਵੀ ਹਾਂ ਕੀਤੀ ਹੈ ਨਾ, ਕਿਉਂਕਿ ਮੈਨੂੰ ਇਹ ਲੱਗਦਾ ਸੀ ਕਿ ਮੇਰੇ ਕਰਕੇ ਸ਼ਰਮ ਦਾ ਨਾ ਘਰ ਖਰਾਬ ਹੋ ਜਾਏ ਕਿਤੇ। ਪਰ ਪ੍ਰੀਤ ਜਿਹੜਾ ਤੂੰ ਫੈਸਲਾ ਕੀਤਾ ਵਾ ਨਾ, ਬੜਾ ਹੀ ਵਧੀਆ ਹੀ ਆ। ਸੱਚ ਮੰਨ, ਤੂੰ ਤੇ ਅੱਜ ਮੇਰਾ ਮਨ ਹੀ ਖੁਸ਼ ਕਰਤਾ। ਚਲੋ ਭਾਵੇਂ ਨਿਕਲੋ ਅੱਜ, ਤੇ ਤੁਹਾਨੂੰ ਠੰਡ ਪਈ ਨਹੀਂ ਤੇ ਹਰ ਵੇਲੇ ਮੇਰੇ ਤੇ ਤੱਪੇ ਹੀ ਰਹਿੰਦੇ ਹੁੰਦੇ ਸੀ। ਨਹੀਂ ਤੈਨੂੰ ਨਹੀਂ ਪਤਾ ਮਾਵਾਂ ਨੂੰ ਕਿੰਨੇ ਫਿਕਰ ਹੁੰਦੇ ਆ, ਸਭ ਤੋਂ ਵੱਡੀ ਟੈਨਸ਼ਨ ਹੁੰਦੀ ਆ। ਤੇ ਵਿੱਕੀ ਦਾ ਨਾਂ ਸੁਣ ਕੇ ਨਾ ਮੇਰਾ ਤਾਂ ਉਦਾਂ ਹੀ ਮਨ ਖੁਸ਼ ਹੋ ਗਿਆ ਵੀ ਇੰਨਾ ਮੁੰਡਾ ਚੰਗਾ ਜੇ ਮਿਲ ਜੇ ਤੇ ਹੋਰ ਕੀ ਚਾਹੀਦਾ ਤੈਨੂੰ। ਤੇਰੇ ਤੇ ਜ਼ਿੰਦਗੀ ਸਵਾਰੇ ਜਾਣੀ ਆ, ਇਕੱਲਾ ਪੈਸਾ ਨਹੀਂ ਵੇਖੀਦਾ ਹੋਈਦਾ। ਲੋਕ ਜਿਹੜੇ ਹੰਡੇ ਵਰਤੇ ਹੁੰਦੇ, ਮਿਲੇ ਵਰਤੇ ਹੁੰਦੇ ਆ, ਕੋਈ ਓਹਲਾ ਪੜਦਾ ਨਹੀਂ, ਉਹਨਾਂ ਦਾ ਸੁਭਾਅ ਵੀ ਬੜਾ ਵਧੀਆ ਵਾ। ਤੇ ਨਾਲੇ ਵਿੱਚ ਤੇਰਾ ਭਰਾ ਕਵਲ, ਜਿਹੜੀ ਸਭ ਤੋਂ ਵੱਡੀ ਗੱਲ ਆ, ਹੈ ਉਹਦੇ ਲਾਗੇ ਤੂੰ ਚੱਲ ਜਾਏਗੀ ਤੇ ਹੋਰ ਕੀ ਚਾਹੀਦਾ। ਮੰਮੀ ਸੱਚੀ ਕਿਤੇ ਮੇਰੇ ਬਾਰੇ ਇਹ ਨਾ ਸੋਚਿਓ ਕਿ ਪ੍ਰੀਤ ਨੇ ਇਹ ਮੁੰਡਾ ਪਸੰਦ ਕੀਤਾ ਵਾ। ਕਾਲਜ ਟਾਈਮ ਤੋਂ ਹੀ ਉਹ ਮੁੰਡਾ ਮੈਨੂੰ ਲਾਈਕ ਕਰਦਾ ਸੀ ਮੈਂ, ਪਰ ਮੰਮੀ ਕਦੀ ਉਹਦੀਆਂ ਗੱਲਾਂ ਵੱਲ ਧਿਆਨ ਨਹੀਂ ਦਿੱਤਾ, ਸਿਰਫ ਆਪਣੀ ਪੜ੍ਹਾਈ ਵੱਲ ਧਿਆਨ ਦਿੱਤਾ। ਅਤੇ ਜੇ ਹੁਣ ਹੈ ਨਾ, ਹੁਣ ਵੀ ਮੈਂ ਤੁਹਾਨੂੰ ਤਾਂ ਹਾਂ ਕੀਤੀ ਆ ਕਿਉਂਕਿ ਮੈਨੂੰ ਇਹ ਆ ਕਿ ਇਹ ਨਾ ਹੋਵੇ ਕਿ ਆਪਾਂ ਜਲਦਬਾਜ਼ੀ ਦੇ ਵਿੱਚ ਕਿਤੇ ਇਹੋ ਜਿਹੇ ਥਾਂ 'ਤੇ ਰਿਸ਼ਤਾ ਕਰਾ ਲਈਏ ਕਿ ਜਿਹਦੇ ਕਰਕੇ ਬਾਅਦ 'ਚੋਂ ਸਾਰੀ ਉਮਰ ਸਾਨੂੰ ਪਛਤਾਉਣਾ ਪਵੇ। ਕਈ ਵਾਰੀ ਤੁਹਾਨੂੰ ਪਤਾ ਹੀ ਆ ਕਾਲੀ ਕਿੰਨਾ ਰਿਸ਼ਤਾ ਚੰਗਾ ਮਿਲਦਾ ਵੀ ਨਹੀਂ ਆ, ਲੋਕ ਮੂੰਹ 'ਤੇ ਕੁਛ ਹੁੰਦੇ ਆ ਪਿੱਠ ਪਿੱਛੇ ਕੁਛ ਹੁੰਦੇ ਆ। ਇਹ ਤਾਂ ਹੈ ਪ੍ਰੀਤ, ਤਾਂ ਹੀ ਤਾਂ ਮੈਂ ਕਹਿੰਦੀ ਹਾਂ ਕਿ ਮੁੰਡੇ ਨੂੰ ਕਵਲ ਵੀ ਜਾਣਦਾ ਵਾ ਅਤੇ ਕੋਈ ਓਹਲਾ ਪੜਦਾ ਵੀ ਨਹੀਂ ਆ, ਅਤੇ ਨਾਲੇ ਮੁੰਡਾ ਵੀ ਚੰਗਾ ਵਾ, ਦੂਜੀ ਗੱਲ ਚੰਗਾ ਵੀ ਲਈ ਕਮਾਈ ਕਰਨ ਦਿਆ ਵਾ, ਬਾਹਰੋਂ ਆਇਆ। ਲੋਕ ਤਾਂ ਇਹੋ ਜਿਹੇ ਰਿਸ਼ਤਿਆਂ ਨੂੰ ਤਰਸਦੇ ਆ ਅਤੇ ਸਾਨੂੰ ਤਾਂ ਚੱਲ ਆਪ ਮਿਲਿਆ ਘਰ ਆਣ ਕੇ, ਵਧੀਆ ਗੱਲ ਵਾ। ਬਾਕੀ ਤੁਸੀਂ ਡੈਡੀ ਨਾਲ ਗੱਲ ਕਰ ਲਿਓ ਨਾ, ਡੈਡੀ ਜੀ ਜੋ ਵੀ ਕਹਿਣਗੇ ਜਿੱਦਾਂ ਵੀ ਕਹਿਣਗੇ ਨਾ, ਫਿਰ ਅਸੀਂ ਵਿੱਕੀ ਨਾਲ ਗੱਲ ਕਰ ਲਵਾਂਗੇ। ਹਾਂ ਰਾਨ ਤੇ ਡੈਡੀ ਦਾ ਫੋਨ ਆਊਗਾ ਨਾ ਅਤੇ ਮੈਂ ਉਹਨਾਂ ਨਾਲ ਗੱਲ ਕਰੂੰਗੀ, ਵੇਖੀ ਉਹਨਾਂ ਨੇ ਵੀ ਕਿੰਨੇ ਖੁਸ਼ ਹੋਣਾ ਹੀ ਆ, ਵੀ ਸ਼ੁਕਰ ਆ ਕਿਤੇ ਇਸ ਕੁੜੀ ਨੇ ਵੀ ਹਾਂ ਕੀਤੀ ਹੈ। ਮੰਮੀ ਆ ਕਿੰਨਾ ਹੀ ਬਣ ਗਿਆ ਵਾ, ਤੇ ਕਿੰਨਾ ਕੁ ਲੰਮਾ ਕਰੀ ਜਾਣਾ ਜੇ? ਤੇ ਤੇਰੇ ਪਾਪਾ ਜਵਾਨ ਵੀ ਕਿੰਨੇ ਆ ਸੁੱਖ ਨਾ, ਉਹਨਾਂ ਨੂੰ ਤਾਂ ਮਹਾਂ ਆਉਣਾ ਹੀ ਆ। ਆਹੋ ਇਹ ਤਾਂ ਗੱਲ ਹੈ। ਨਹੀਂ ਹੁਣ ਨਹੀਂ ਮੇਰਾ ਉਹਨੂੰ ਜੀ ਕਰਨ ਡਿਆ, ਅੱਜ ਤਾਂ ਮੈਂ ਸ਼ਾਮ ਪੈ ਗਈ ਗੁਰਦੁਆਰੇ ਹੋ ਕੇ ਆਉਂਦੀ ਹਾਂ ਕਿ ਚੰਗੇ ਵੇਲੇ ਘੜੀ ਮੱਥਾ ਲੱਗੇ। ਲੈ ਮੰਮੀ ਵੀ ਨਾ ਕੋਈ ਹਾਲ ਹੀ ਨਹੀਂ, ਮੰਮੀ ਦਾ ਵੇ ਉਸੇ ਵੇਲੇ ਸਲਾਈਆਂ ਛੱਡ ਦਿੱਤੀਆਂ ਵਾ। ਤੂੰ ਨਹੀਂ ਸਮਝ ਸਕਦੀ ਮਾਂ ਪਿਓ ਨੂੰ ਕਿੰਨੀ ਖੁਸ਼ੀ ਹੁੰਦੀ ਆ। ਮੈਂ ਆਉਣਾ ਮੰਮੀ? ਆਹੋ ਖਰਾਬ ਨਾ ਕਰਦੀ ਹੁਣ, ਐਡੀ ਵੀ ਨਹੀਂ ਗੱਲ ਹੈਗੀ।